ਗੁੱਡ ਮਾਰਨਿੰਗ। ਅਸੀਂ ਅੱਗੇ ਵੀ ਪਹਿਲਾਂ ਕਾਫੀ ਸਾਰੇ ਪੇਸ਼ੈਂਟਸ ਨੂੰ ਆਪਣਾ ਜਾਗਰੂਕ ਕਰਨ ਵਾਸਤੇ ਵੀਡੀਓਜ਼ ਬਣਾਏ ਨੇ, ਅਤੇ ਸਾਡਾ ਪਰਪਸ ਸਿਰਫ ਇੰਨਾ ਕੀ ਹੈ ਕਿ ਪੇਸ਼ੈਂਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚੇ ਕਿ ਗੁਰਦੇ ਦੀ ਬਿਮਾਰੀਆਂ ਨੂੰ ਜਾਂ ਪਿਸ਼ਾਬ ਦੀ ਇਨਫੈਕਸ਼ਨਸ ਨੂੰ ਅਸੀਂ ਬੜੇ ਸਹੀ ਤਰੀਕੇ ਨਾਲ, ਸਹੀ ਅਪਰੋਚ ਨਾਲ ਠੀਕ ਕਰ ਸਕਦੇ ਹਾਂ ਤਾਂ ਕਿ ਗੁਰਦੇ ਖਰਾਬ ਹੋਣ ਤੋਂ ਬਚ ਜਾਣ। ਆਓ ਅੱਜ ਤੁਹਾਨੂੰ ਇੱਕ ਪੇਸ਼ੈਂਟ ਨਾਲ ਮਿਲਾਉਂਦੇ ਹਾਂ ਜੋ ਕਿ ਪੇਸ਼ੈਂਟ ਸਾਡੇ ਕੋਲ ਕੁਛ ਦਿਨ ਐਡਮਿਟ ਰਹਿ ਕੇ ਗਿਆ। ਇਹ ਪੇਸ਼ੈਂਟ ਸਾਡੇ ਕੋਲ ਜਦੋਂ ਆਇਆ ਤਾਂ ਇਹ ਆਲਮੋਸਟ ਮੋਰ ਦੈਨ 3 ਮੰਥਸ ਤੋਂ ਢਿੱਲਾ ਸੀ, ਪਰੇਸ਼ਾਨ ਸੀ ਇਨਫੈਕਸ਼ਨਸ ਨੂੰ ਲੈ ਕੇ। ਈਵਨ ਇਹਦੇ ਬਾਹਰਲੇ ਕੁਛ ਸੈਂਟਰ 'ਚ ਇਹਦੇ ਡਾਇਲਿਸਿਸ ਵੀ ਹੋਏ ਅਤੇ ਕਾਫੀ ਦਵਾਈਆਂ 'ਤੇ ਰਿਹਾ, ਬਟ ਇਹਦਾ ਜੋ ਰੂਟ ਕੌਜ਼ ਸੀਗਾ ਉਹ ਸੀਗਾ ਕਿ ਅਨਕੰਟਰੋਲਡ ਡਾਇਬਟੀਜ਼ ਸੀ ਇਸ ਪੇਸ਼ੈਂਟ ਨੂੰ। ਤਾਂ ਅਸੀਂ ਜਦੋਂ ਇਹਨੂੰ ਟ੍ਰੀਟ ਕੀਤਾ, ਇਹਨੂੰ ਪ੍ਰੋਪਰ ਤਰੀਕੇ ਨਾਲ ਪਹਿਲਾਂ ਦੀ ਡਾਇਬਟੀਜ਼ ਕੰਟਰੋਲ ਕੀਤੀ, ਗੁਰਦੇ ਦੀ ਇਨਫੈਕਸ਼ਨ ਠੀਕ ਕੀਤੀ, ਇਹ ਪੇਸ਼ੈਂਟ ਜਦੋਂ ਸਾਡੇ ਕੋਲ ਆਇਆ ਤਾਂ ਇਹਦਾ ਕ੍ਰਿਆਟਿਨਿਨ ਮੋਰ ਦੈਨ 6 ਸੀਗਾ, 6 ਤੋਂ ਜ਼ਿਆਦਾ ਸੀ, ਔਰ ਇਹ ਡਾਇਲਸਿਸ ਕਰਾਉਂਦਾ ਸੀਗਾ। ਬਟ ਅਸੀਂ ਇਹਨੂੰ ਜਦੋਂ ਸਹੀ ਤਰੀਕੇ ਨਾਲ, ਗਾਈਡਡ ਤਰੀਕੇ ਨਾਲ, ਬਿਨਾਂ ਡਾਇਲਿਸਿਸ ਤੋਂ ਕੁਛ ਮੈਡੀਸਨਸ ਦੇ ਨਾਲ, ਐਂਟੀਬਾਇਓਟਿਕਸ ਦੇ ਨਾਲ ਇਹਦੀ ਯੂਰਿਨ ਦੀ ਇਨਫੈਕਸ਼ਨ ਠੀਕ ਕੀਤੀ, ਸ਼ੂਗਰ ਠੀਕ ਕੀਤੀ, ਔਰ ਉਸ ਤੋਂ ਬਾਅਦ ਇਹਦਾ ਕ੍ਰਿਆਟਿਨਿਨ 2 ਤੋਂ ਥੱਲੇ ਆ ਗਿਆ ਸੀਗਾ, ਤਾਂ ਇਹਨਾਂ ਦਾ ਡਾਇਲਿਸਿਸ ਅਸੀਂ ਬੰਦ ਕਰਤਾ ਅਤੇ ਪੇਸ਼ੈਂਟ ਹੁਣ ਫੁੱਲੀ ਰਿਕਵਰ ਹੈ, ਔਰ ਅੱਜ ਪੇਸ਼ੈਂਟ ਤੁਹਾਡੇ ਸਾਹਮਣੇ ਬੈਠਾ ਐਂਡ ਦੇ ਆਰ ਵੈਰੀ ਮੱਚ ਹੈਪੀ। ਸੋ ਅੱਜ ਇਹਨਾਂ ਦੇ ਖੁਦ ਦੀ ਇਹਨਾਂ ਦੀ ਵਰਡਿੰਗ ਤੋਂ ਸੁਣਾਂਗੇ ਕਿ ਇਹਨਾਂ ਦਾ ਕਿਵੇਂ ਇਸ ਹੋਸਪਿਟਲ 'ਚ ਐਕਸਪੀਰੀਅੰਸ ਰਿਹਾ, ਨੋਟ ਓਨਲੀ ਮੈਡੀਕਲ ਪ੍ਰੋਫੈਸ਼ਨ ਵਾਈਜ਼ ਜਾਂ ਇਹਨਾਂ ਦੇ ਟ੍ਰੀਟਮੈਂਟ ਨੂੰ ਲੈ ਕੇ, ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਇਹ ਖੁਦ ਆਪਣੀ ਉਸ ਤੋਂ ਦੱਸਣਗੇ ਕਿ ਹੋਸਪਿਟਲ 'ਚ ਇਹਨਾਂ ਨੂੰ ਸਾਫ ਸਫਾਈ ਦਾ ਜਾਂ ਹੋਰ ਟ੍ਰੀਟਮੈਂਟ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ। ਮੇਰਾ ਨਾਮ ਸੋਨਾਲੀ, ਮੇਰੇ ਮਦਰ ਇਨ ਲਾਅ ਇੱਥੇ ਐਡਮਿਟ ਸੀ ਪਹਿਲਾਂ, ਇਹਨਾਂ ਦੀ ਕਿਡਨੀ 'ਚ ਇਨਫੈਕਸ਼ਨ ਸੀ। ਅਸੀਂ ਬਹੁਤ ਪਹਿਲਾਂ 1 ਸਾਲ ਤੋਂ ਬਹੁਤ ਪਰੇਸ਼ਾਨ ਸੀ, ਸਾਨੂੰ ਡਾਕਟਰ ਨਿਤਿਨ ਕੋਲ ਆਏ, ਉਹਨਾਂ ਨੇ ਇਹਨਾਂ ਦੇ ਸਟੰਟ ਟਾਲਿਆ, ਫਿਰ ਉੱਥੇ 10 ਦਿਨ ਐਡਮਿਟ ਰਹੇ ਨੇ, ਪਰ ਉਸ ਤੋਂ ਬਾਅਦ ਬਿਲਕੁਲ ਠੀਕ ਨੇ। ਅੱਜ 2 ਮਹੀਨੇ ਹੋ ਗਏ, ਬਿਲਕੁਲ ਠੀਕ ਨੇ। ਇੱਥੋਂ ਦੀ ਸਰਵਿਸ, ਇੱਥੋਂ ਦੀ ਨਰਸਿਸ, ਡਾਕਟਰ ਸਾਰੇ ਪੂਰੇ ਬਹੁਤ ਵਧੀਆ ਨੇ। ਕਿ ਦੇਖਿਆ ਕਿ ਜੋ ਪੇਸ਼ੈਂਟ ਨੇ ਦੱਸਿਆ ਬਿਲਕੁਲ ਸਹੀ ਇਹਨਾਂ ਨੇ ਗੱਲ ਕੀਤੀ ਹੈ। ਸੋ ਟਾਈਮਲੀ ਟ੍ਰੀਟਮੈਂਟ ਕਰਨ ਨਾਲ, ਇਨਫੈਕਸ਼ਨਸ ਨੂੰ ਠੀਕ ਕਰਨ ਨਾਲ, ਇਹ ਪੇਸ਼ੈਂਟਸ ਦੇ ਅਸੀਂ ਆਪਣਾ ਕਿਡਨੀਜ਼ ਨੂੰ ਸੇਵ ਕਰਨ 'ਚ ਕਾਮਯਾਬ ਹੋਏ। ਇਸ ਤਰ੍ਹਾਂ ਦੇ ਬਹੁਤ ਸਾਰੇ ਪੇਸ਼ੈਂਟਸ ਨੇ ਜੇ ਉਹ ਆਪਣੇ ਡਾਕਟਰਸ ਕੋਲ ਟਾਈਮਲੀ ਪਹੁੰਚਦੇ ਨੇ, ਆਪਣੀ ਸ਼ੂਗਰ BP ਨੂੰ ਕੰਟਰੋਲ ਕਰਦੇ ਨੇ ਜਾਂ ਇਨਫੈਕਸ਼ਨਸ ਨੂੰ ਕੰਟਰੋਲ ਕਰਨ 'ਚ ਕਾਮਯਾਬ ਹੋ ਜਾਂਦੇ ਨੇ, ਅਸੀਂ ਗੁਰਦੇ ਪਰਮਾਨੈਂਟਲੀ ਡੈਮੇਜ ਹੋਣ ਤੋਂ ਬਚਾ ਸਕਦੇ ਹਾਂ, ਪੇਸ਼ੈਂਟ ਨੂੰ ਡਾਇਲਸਿਸ ਤੋਂ ਬਚਾ ਸਕਦੇ ਹਾਂ। ਬਟ ਗੱਲ ਉਹੀ ਹੈ ਕਿ ਪੇਸ਼ੈਂਟ ਜੇ ਸਾਡੇ ਕੋਲ ਉਹ ਟਾਈਮਲੀ ਪਹੁੰਚਦਾ ਤਾਂ ਹੀ ਇਹ ਚੀਜ਼ਾਂ ਪੋਸੀਬਲ ਹਨ। ਸੋ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੂੰਗਾ ਕਿ ਇਹਨਾਂ ਨੇ ਅੱਜ ਇਹ ਸਾਡੇ ਕੋਲ ਰੈਗੂਲਰਲੀ ਹੁਣ ਚੈੱਕਅਪ ਵਾਸਤੇ ਆਉਂਦੇ ਨੇ, ਅਤੇ ਸਾਡੇ 'ਤੇ ਇਹਨਾਂ ਨੇ ਬਹੁਤ ਜ਼ਿਆਦਾ ਟਰੱਸਟ ਕਰਕੇ, ਇਸ ਹੋਸਪਿਟਲ 'ਤੇ ਟਰੱਸਟ ਕਰਕੇ ਆਪਣਾ ਟਰੱਸਟ ਬਣਾ ਕੇ ਰੱਖਿਆ ਇਹਨਾਂ ਨੇ, ਅਤੇ ਸਾਡੇ ਕੋਲ ਟ੍ਰੀਟਮੈਂਟ ਕਰਾਇਆ। ਥੈਂਕਸ ਕਰਾਂਗੇ ਇਹਨਾਂ ਦਾ ਮੈਂ।